ਕੀ ਹਾਲ ਚਾਲ ਹੈ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਕਾਫੀ ਟਾਈਮ ਬਾਅਦ ਲਾਈਵ, ਕਾਫੀ ਸਮੇਂ ਬਾਅਦ ਤਿੰਨ ਆ ਜਾਓ ਵੀਰੇ, ਜਿਹੜੇ ਜਿਹੜੇ ਮੇਰਾ ਭਰਾ ਅਜੇ ਆਈ ਜਾਂਦੇ ਲਾਈਵ 3000 ਆਓ ਜੀ ਆਓ ਆਓ 14000 ਬਹੁਤ ਵਧੀਆ ਵੀਰੇ, ਬਹੁਤ ਵਧੀਆ ਜੀ 27000 ਹੋਰ ਠੀਕ ਠਾਕ ਹੋ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਸਾਰੇ ਤੰਦਰੁਸਤ ਹੋਵੋਗੇ। ਹਾਂਜੀ, ਬੇਨਤੀ ਇਹ ਸੀਗੀ ਬਾਈ, ਮੈਂ ਜ਼ਿਆਦਾ ਟਾਈਮ ਲਾਈਵ ਜ਼ਿਆਦਾ ਤੁਹਾਡਾ ਟਾਈਮ ਨਹੀਂ ਲਾਊਂਗਾ, ਬਸ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਸੀਗਾ, ਸ਼ੇਅਰ ਕਰਨੀ ਚਾਹੁੰਦਾ ਸੀ। ਮੈਨੂੰ ਬਾਹਰੋਂ ਅੰਦਰੋਂ ਬਹੁਤ ਲੋਕਾਂ ਦੇ ਮੈਸੇਜ ਫੋਨ ਆ ਰਹੇ ਨੇ, ਬਾਈ ਡਿਊਟੀ ਦਿਓ ਸਾਨੂੰ, ਇਲੈਕਸ਼ਨਸ ਨੇ, ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਮਿਲਣਾ ਚਾਹੁੰਦੇ ਹਾਂ, ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਸੋ ਮੇਰਾ ਭਰਾ, ਜਿੰਨੇ ਵੀ ਮੇਰੇ ਵੀਰ ਨੇ, ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ, ਜਿੰਨੇ ਵੀ ਤੁਸੀਂ ਭਰਾ ਹੋ ਸਾਰਿਆਂ ਨੂੰ, ਕੱਲ੍ਹ ਪਤਾ ਤੁਹਾਨੂੰ ਲੱਗਿਆ ਵੀ ਪੋਲੀਟੀਕਲੀ ਮੈਨੂੰ ਕੱਲ੍ਹ ਟਿਕਟ ਮਿਲੀ ਹੈ ਮਾਨਸਾ ਤੋਂ, ਅਤੇ ਜਿਹੜੇ ਜਿਹੜੇ ਮੇਰਾ ਵੀਰ ਇੱਥੇ ਆਉਣਾ ਚਾਹੁੰਦੇ ਆ, ਸਾਡਾ ਹੱਥ ਵਟਾਉਣਾ ਚਾਹੁੰਦੇ ਆ, ਮੌਕਾ ਮੇਰਾ ਵੀਰ, ਕੱਲ੍ਹ ਹੀ ਟਿਕਟ ਅਨਾਊਂਸ ਹੋਈ ਹੈ, ਅਤੇ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਪਹੁੰਚੋ ਕੱਲ੍ਹ ਨੂੰ 10 ਵਜੇ ਪਿੰਡ ਹਵੇਲੀ। ਜਿਹੜੇ ਬੰਦੇ ਮਿਲਣਾ ਚਾਹੁੰਦੇ ਆ, ਡਿਊਟੀਆਂ ਚਾਹੁੰਦੇ ਨੇ, ਕੰਮ ਕਰਨਾ ਚਾਹੁੰਦੇ ਸਾਡੇ ਨਾਲ ਰਲ ਕੇ, ਅਤੇ ਮੈਂ ਇੱਕ ਨੰਬਰ ਵੀ ਪੋਸਟ ਕਰਨ ਲੱਗਿਆ, ਕੱਲ੍ਹ ਨੂੰ 10 ਵਜੇ ਮੇਰਾ ਬਾਹਰਲਾ ਘਰ ਪਿੰਡ ਵਾਲਾ ਘਰ ਮੂਸਾ ਹਵੇਲੀ, ਜਿਹੜੇ ਨਵਾਂ ਘਰ ਪਾ ਰਹੇ ਹਾਂ ਉੱਥੇ, ਜਿੰਨੇ ਵੀ ਭਰਾ ਆਉਣਾ ਚਾਹੁੰਦੇ ਆ ਮੇਰਾ ਵੀਰ, ਪੈਂਡੈਂਟ 10 ਵਜੇ ਉੱਥੇ ਪਹੁੰਚ ਜਾਓ, ਅਤੇ ਆਪਾਂ ਮਿਲਦੇ ਹਾਂ ਸਾਰੇ ਉੱਥੇ, ਹੈ ਨਾ। ਜਿਹੜੇ ਜਿਹੜੇ ਬੰਦੇ ਇੱਛੁਕ ਨੇ ਸਾਡੇ ਨਾਲ ਤੁਰਨ ਦੇ, ਕੰਮ ਕਰਨ ਦੇ, ਮੈਂ ਇੱਕ ਨੰਬਰ ਪਾ ਰਿਹਾ, ਅਤੇ ਸਾਰੇ ਜਾਣੇ ਉੱਥੇ ਲਿੰਕ ਅਪ ਕਰ ਲਿਓ ਜੀ, ਅਤੇ ਸਾਰੇ ਜਾਣੇ ਜਿਹੜੇ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਸਾਡੇ ਨਾਲ, ਹੈ ਨਾ, ਕੰਪੇਨ ਦੇ ਵਿੱਚ ਆਉਣਾ ਚਾਹੁੰਦੇ ਨੇ, ਤਾਂ ਮੋਸਟ ਵੈਲਕਮ ਹੈ ਸਾਰਿਆਂ ਦਾ। ਕਿਉਂਕਿ ਮੈਨੂੰ ਵਾਰ ਵਾਰ ਇੰਡੀਵਿਜੁਅਲੀ ਸਾਰੇ ਫੋਨ ਕਰ ਰਹੇ ਸੀ, ਬਾਈ ਕਿੱਥੇ ਆਈਏ, ਕਦੋਂ ਆਈਏ, ਹੈ ਨਾ, ਕਿਸ ਟਾਈਮ ਆਈਏ, ਅਤੇ ਮੈਂ ਤੁਹਾਨੂੰ ਕੱਲ੍ਹ ਦਾ ਟਾਈਮ ਦੇ ਰਿਹਾ ਜੀ, ਕੱਲ੍ਹ ਨੂੰ 10 ਵਜੇ ਪਿੰਡ ਮੂਸਾ ਹਵੇਲੀ ਪਹੁੰਚ ਜਾਓ ਵੀਰੇ, ਅਤੇ ਆਪਾਂ ਉੱਥੇ ਰਲ ਮਿਲ ਕੇ ਕਰਦੇ ਹਾਂ, ਕੋਈ ਨਾ ਕੋਈ ਗੱਲਾਂ ਬਾਤਾਂ ਸੋਚ ਵਿਚਾਰ ਕਰਦੇ ਹਾਂ, ਅਤੇ ਬਾਕੀ ਜਿਹੜੇ ਬੰਦੇ ਕੰਪੇਨ 'ਚ ਹਾਜ਼ਰ ਹੋਣਾ ਚਾਹੁੰਦੇ ਆ ਜੀ, ਸਦਕੇ ਮੋਸਟ ਵੈਲਕਮ ਹੈ ਜੀ, ਕੱਲ੍ਹ ਨੂੰ ਆਪਾਂ ਮਿਲਦੇ ਹਾਂ ਹਵੇਲੀ। ਬਾਕੀ ਆਪਣਾ ਨੰਬਰ ਮੈਂ ਇੱਥੇ ਪਾ ਦਿੰਦਾ, ਜਿਹੜੇ ਨੰਬਰ 'ਤੇ ਤੁਸੀਂ ਕਾਲ ਕਰਨੇ ਨੇ ਡਿਟੇਲ ਵਾਸਤੇ, ਤੁਸੀਂ ਨੰਬਰ ਤੁਹਾਨੂੰ ਚਾਹੀਦਾ, ਮੈਂ ਇਸੇ ਡਿਸਕ੍ਰਿਪਸ਼ਨ ਦੇ ਵਿੱਚ ਲਾਈਵ ਦੇ ਵਿੱਚ ਪਾ ਰਿਹਾ ਜੀ। ਸਤਿ ਸ਼੍ਰੀ ਅਕਾਲ।